ਇਸਮੇ ਯੋਗਦਾਨ ਆਪ ਸਭੀ ਕਾ ਹੀ ਹੈ ਬਟ ਸਟਾਰਟ ਕੈਸੇ ਹੁਆ ਮੈਂ ਸਟਾਰਟ ਜਦੋਂ ਕੀਤਾ ਨਾ ਮੈਂ ਰੈਸਲਰ ਸੀ ਮੈਂ ਕਬੱਡੀ ਖੇਡਦਾ ਸੀ ਅੱਛਾ ਮੇਰੇ ਦਾਦਾ ਜੀ ਜਦੋਂ ਨਾ ਆਪਣੇ ਨਗਰ ਕੀਰਤਨ ਨਿਕਲਦਾ ਹੁੰਦਾ ਰਾਈਟ ਨਗਰ ਕੀਰਤਨ ਨਿਕਲਦਾ ਹੁੰਦਾ ਤੇ ਉਦੋਂ ਮੇਰੇ ਦਾਦਾ ਜੀ ਨੂੰ ਸ਼ੌਂਕ ਸੀ ਵੀ ਮੈਂ ਕੁਛ ਧਾਰਮਿਕ ਗਾਵਾਂ ਫਿਰ ਮੈਂ ਸਟਾਰਟ ਕੀਤਾ ਤੇ ਸਿੰਗਿੰਗ ਵਾਲਾ ਮੈਨੂੰ ਹੈ ਸੀ ਵੀ ਮੇਰੇ ਵਿੱਚ ਰੱਬ ਨੇ ਕੋਈ ਵੀ ਗੋਡ ਗਿਫਟ ਹੈਗਾ ਨਾ ਤੇ ਫਿਰ ਚਲੋ ਮੈਂ ਵੱਡਾ ਹੋਇਆ ਮੈਂ ਰੈਸਲਿੰਗ 'ਚ ਕਬੱਡੀ 'ਚ ਪੈ ਗਿਆ ਕਬੱਡੀ ਦੇ ਵਿੱਚ ਮੇਰੇ ਸੱਟ ਵੱਜ ਗਈ ਸੱਟ ਵੱਜੀ ਤੇ ਦੇਖ ਲਓ ਵੀ ਬਾਬੇ ਨੇ ਕਿਵੇਂ ਚੇਂਜ ਕਰਨਾ ਹੁੰਦਾ ਲਾਈਨ ਹੀ ਹੈ ਨਾ ਸੱਟ ਚੇਂਜ ਕੀਤੀ ਇੱਕ ਆਰਟਿਸਟ ਨੂੰ ਮੌਕਾ ਚਾਹੀਦਾ ਹੁੰਦਾ ਤੇ ਮੈਂ ਹੌਸਪੀਟਲ ਜਮ੍ਹਾਂ ਹੋ ਗਿਆ ਐਡਮਿਟ ਹੋ ਗਿਆ ਜਮ੍ਹਾਂ ਹੋ ਗਿਆ ਕਹਿੰਦਾ ਐਡਮਿਟ ਹੋ ਗਿਆ ਪੈਸੇ ਜਮ੍ਹਾਂ ਕਰਾਈ ਤੇ ਜਦੋਂ ਹੌਸਪੀਟਲ ਦੇ ਵਿੱਚ ਹੋਇਆ ਤੇ ਹੁਣ ਨਾਲ ਸੋਹਣੀਆਂ ਸੋਹਣੀਆਂ ਨਰਸਾਂ ਹੁਣ ਪਲੇਅਰ ਬੰਦੇ ਨੂੰ ਕੀ ਚਾਹੀਦਾ ਕਬੱਡੀ ਫਿਰ ਮੈਨੂੰ ਮੈਂ ਕੀ ਹੋਇਆ ਮੈਂ ਨਾ ਉੱਥੇ ਨਾ ਗਾਉਣ ਲੱਗ ਗਿਆ ਮੈਂ ਗਾਣੇ ਸੁਣਾਈ ਜਾਵਾਂ ਤੇ ਗਾਣੇ ਸੁਣਾਈ ਜਾਵਾਂ ਤੇ ਪਹਿਲਾਂ ਤਾਂ ਇਰੀਟੇਟ ਵੀ ਹੋਈਆਂ ਬਾਅਦ ਚੋਂ ਕਹਿਣ ਵੀ ਮੁੰਡਾ ਗਾਉਂਦਾ ਬਹੁਤ ਸੋਹਣਾ ਨਾ ਫਿਰ ਉਹਨਾਂ ਨੇ ਡਾਕਟਰ ਕੋਲ ਤਾਰੀਫ ਕੀਤੀ ਡਾਕਟਰ ਕਹਿੰਦਾ ਹਾਂ ਵੀ ਸ਼ੇਰਾ ਵੀ ਗੋਡਾ ਤੇਰਾ ਠੀਕ ਆ ਤੇ ਪਰ ਮੇਰੀ ਗੱਲ ਸੁਣ ਕੁੜੀਆਂ ਤੇਰੀਆਂ ਬੜੀਆਂ ਫੈਨ ਹੋਈ ਫਿਰਦੀਆਂ ਮੈਂ ਕਿਹਾ ਜੀ ਅੱਛਾ ਕਹਿੰਦਾ ਵੀ ਉਹਨੇ ਨਾ ਡਾਕਟਰ ਨੇ ਮੈਨੂੰ ਕਿਹਾ ਵੀ ਤੂੰ ਟਰਾਈ ਕਰ ਸਿੰਗਿੰਗ ਹਾਂ ਡਾਕਟਰ ਸਾਹਿਬ ਨੇ ਬੋਲਿਆ ਹਾਂ ਫਿਰ ਮੈਨੂੰ ਯਾਦ ਆ ਮੈਂ ਉਦੋਂ ਹੀ ਗਾਣਾ ਕੀਤਾ ਉਦੋਂ ਮੈਂ ਮੋਟਾ ਹੁੰਦਾ ਸੀ ਗਾਣੇ 'ਚ ਬਹੁਤ ਜ਼ਿਆਦਾ ਤਕੜਾ 130 ਕਿਲੋ ਵੇਟ ਸੀ ਮੇਰਾ ਤੇ ਫਿਰ ਮੈਂ ਟਰਾਈ ਕੀਤਾ ਗਾਣਾ ਸੀ ਆਪਣਾ ਦਾਰੂ ਚੜ੍ਹਨੋਂ ਹਟ ਗਈ ਆ ਤੇਰੇ ਦਰਸ਼ਨ ਕਰਕੇ ਨਾਰੇ ਇਸਕਾ ਮਤਲਬ ਹੈ ਕਿ ਜੋ ਦਾਰੂ ਮੈਂ ਪੀਤਾ ਹੂੰ ਉਹ ਅਬ ਨਹੀਂ ਚੜ੍ਹਤੀ ਜਬ ਸੇ ਮੈਨੇ ਤੇਰੇ ਕੋ ਦਰਸ਼ਨ ਮਤਲਬ ਤੇਰੇ ਕੋ ਦੇਖਾ ਹੈ ਉਦੋਂ ਬਾਅਦ ਜਿਹੜਾ ਦੂਜਾ ਗਾਣਾ ਸੀ ਉਹ ਸੀ ਸ਼ਹਿਰ ਕਾਕਾ ਜੀ ਨੂੰ ਫਿਰਦੀ ਪੁਲਿਸ ਲੱਭਦੀ ਪਿੰਡ ਮੰਮੀ ਕਹਿੰਦੀ ਪੁੱਤ ਮੇਰਾ ਸਭ ਕਾਕਾ ਜੀ ਹਾਂ ਜਦੋਂ ਕਾਕਾ ਜੀ ਤੇ ਦੋ ਗਾਣੇ ਕੀਤੇ ਉਹਦੇ ਵਿੱਚ ਮੈਂ ਬਹੁਤ ਮੋਟਾ ਸੀ ਤੇ ਬਸ ਗਾਣੇ ਦੋਵੇਂ ਸੁਪਰ ਡੁਪਰ ਹਜੇ ਪਹਿਲਾ ਗਾਣਾ ਥੋੜ੍ਹਾ ਜਿਹਾ ਠੀਕ ਰਿਹਾ ਮਤਲਬ ਕਾਕਾ ਜੀ ਤਾਂ ਬਲੌਕ ਬਾਸਟਰ ਸੀ ਬਸ ਉਦੋਂ ਬਾਅਦ ਫਿਰ ਆਪਾਂ ਮੈਂ ਕਿਹਾ ਵੀ ਯਾਰ ਗਾਣੇ ਦੇ ਵਿੱਚ ਆਪਾਂ ਨੂੰ ਆਪ ਆਉਣਾ ਚਾਹੀਦਾ ਫਿਰ ਰੱਬ ਦਾ ਨਾਂ ਲੈ ਕੇ ਮਿਹਨਤ ਕੀਤੀ ਐਕਸਰਸਾਈਜ਼ ਕੀਤੀ ਫਿੱਟ ਹੋਏ ਭੱਜੇ ਕਿੰਨਾ ਸੀ ਭਾਜੀ ਆਪਕਾ ਵੇਟ ਕਿੰਨਾ ਦਾ 130 132 ਨਹੀਂ ਹੁਣ ਮੈਂ 97 ਆ ਹੁਣ ਮੈਂ ਮਤਲਬ ਕਿਉਂਕਿ ਹਾਈਟ ਵੀ ਹੈ ਤੁਹਾਡੀ ਹਾਈਟ ਵੀ ਹੱਡ ਭਾਰੇ ਹੁੰਦੇ ਆ ਨਾ ਹਾਂ ਹਾਂ ਪਰ ਫਿੱਟ ਹੋ ਗਏ ਤੇ ਉਦੋਂ ਬਾਅਦ ਜਿਹੜਾ ਵੀ ਗਾਣਾ ਕੀਤਾ ਰੱਬ ਨੇ ਹਨਾ ਸੁਪਰ ਡੁਪਰ ਹਿੱਟ ਰੱਖਿਆ ਕੀ ਬਾਤ ਹੈ ਯਾਰ ਕੀ ਬਾਤ ਹੈ ਇਹ ਇੰਨੀ ਕੀ ਕਹਾਣੀ ਆਪਣੀ ਨਹੀਂ ਨਹੀਂ ਕਹਾਣੀ ਮਤਲਬ ਬਹੁਤ ਅੱਛੀ ਕਹਾਣੀ